ਉਹ ਵੱਡੇ ਵੱਡੇ ਬੰਦੇ ਉਹਨੇ ਅੱਜ ਅੰਦਰਾਂ ਦੇ ਵਿੱਚ ਵਾੜ ਦਿੱਤੇ, ਬੇਜੁਬਾਨ ਸੀ ਜਿਹੜੇ ਇੱਥੇ। ਮੈਂ ਹੀ 10th ਤੱਕ ਪੜ੍ਹਿਆ ਅਤੇ ਉਹ ਤੋਂ ਬਾਅਦ ਮੇਰੇ ਸਿਸਟਰ ਦੀ ਨਾ ਮੈਰਿਜ ਸੀਗੀ ਅਤੇ ਮੈਂ ਪੜ੍ਹਾਈ ਛੱਡਤੀ ਸੀਗੀ। ਮੇਰੇ ਫਾਦਰ ਸਾਹਿਬ ਦੀ ਐਕਸਪਾਇਰ ਹੋ ਗਏ ਸੀਗੇ, ਬਿਮਾਰ ਰਹਿੰਦੇ ਸੀ, ਮੈਰਿਜ ਵਾਲੇ ਦਿਨ ਐਕਸਪਾਇਰ ਹੋ ਗਏ ਸੀ। ਮੰਗ ਲੈ ਮਾਫੀ ਕਰੀ ਅਰਦਾਸਾਂ, ਮੰਗ ਲੈ ਮਾਫੀ। ਵੀ ਮੁੰਜਿਆ ਕੀ ਹਾਲ ਚਾਲ ਆ ਤੇਰਾ? ਉਹ ਲੈ ਤੇਰਾ ਪੜਾਕਾ ਪੈ ਗਿਆ ਮੁੰਡਾ ਫਿਰ ਸਾਈਕਲ ਦਾ, ਜਦੋਂ ਤੈਨੂੰ ਮੁੰਜਿਆ ਉਦੋਂ ਕਿਹਾ ਸੀ ਟਿਊਬ ਪਊਗੀ, ਉਦੋਂ ਤਾਂ ਤੂੰ ਮੰਨਿਆ ਨਹੀਂ, ਹੁਣ ਮੇਰੇ ਤੋਂ ਦੂਛਣ ਲਾਈ ਜਾਂਦਾ। ਆਈ ਏ ਬਲਿੰਡਰਾ। ਕਿੱਥੇ ਗਏ ਸੀ? ਲੁਧਿਆਣੇ ਜੇ ਕੇ ਰਿਕਾਰਡਸ, ਉੱਥੇ ਉੱਥੇ ਗਏ ਸੀ ਅਤੇ ਡੰਮੀ ਵਗੈਰਾ ਕਰਾਈ ਅਤੇ ਗੱਲ ਬਣੀ ਨਹੀਂ ਉੱਥੇ। ਇੱਥੇ ਉਹ ਜੰਗਲਾਂ 'ਚ ਸਾੜ ਦਿੱਤੇ। ਨਹੀਂ, ਮੰਮੀ ਮੇਰੇ ਨਾਲ ਨਹੀਂ ਰਹਿੰਦੇ ਐਕਚੁਲੀ, ਕਾਰਨ ਇਹ ਸਿਸਟਰ ਨੇ ਨਾ ਵਰਤਣ ਨਹੀਂ ਦਿੰਦੇ ਸਿਸਟਰ ਨੂੰ ਸਾਡੇ ਨਾਲ। ਉਹ ਲੋਕ ਦਿੰਦੇ ਸੀ ਸਲਾਮਾਂ ਪਰ ਸਾਥ ਨਹੀਂ ਸੀ ਦਿੰਦੇ, ਦਿੰਦੇ ਸੀ ਸਲਾਮਾਂ ਪਰ ਸਾਥ ਨਹੀਂ ਸੀ ਦਿੰਦੇ, ਫਿਰ ਪਤਾ ਲੱਗਾ ਕਿੰਜ ਲਾਹੀ ਦੀਆਂ ਤਾਰੀਆਂ। ਉਹ ਫੈਵੀ ਕੋਲ ਨਾਲ ਇੱਥੇ ਨੋਟ ਜੁੜਦੇ ਯਾਰੋ, ਨੋਟਾਂ ਨਾਲ ਇੱਥੇ ਜੁੜਦੀਆਂ ਯਾਰੀਆਂ। ਫੈਵੀ ਕੋਲ ਨਾਲ ਇੱਥੇ ਨੋਟ ਜੁੜਦੇ ਯਾਰੋ, ਨੋਟਾਂ ਨਾਲ ਇੱਥੇ ਜੁੜਦੀਆਂ ਯਾਰੀਆਂ, ਯਾਰੋ ਨੋਟਾਂ ਨਾਲ ਇੱਥੇ ਜੁੜਦੇ ਨੇ ਰਿਸ਼ਤੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਇੱਕ ਅੱਜ ਸਾਡੀ ਨਵੀਂ ਪੋਡਕਾਸਟ ਦੇ ਵਿੱਚ। ਸਾਡੇ ਨਾਲ ਬਾਈ ਨੇ, ਆਪਣਾ ਲਿਖਦੇ ਨੇ, ਆਪਣਾ ਗਾਉਂਦੇ ਨੇ ਅਤੇ ਆਪਣਾ ਵਿਆਹ ਵਾਲੀ ਜ਼ਿੰਦਗੀ ਜੀ ਰਹੇ ਨੇ ਅਤੇ ਆਪਣੀ ਫੈਮਿਲੀ ਦੀ ਕਿੱਦਾਂ ਉਹ ਪਰਵਰਿਸ਼ ਕਰ ਰਹੇ ਨੇ ਅਤੇ ਕਿੱਦਾਂ ਰਹਿ ਰਹੇ ਨੇ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਘਰ ਤੋਂ ਜਾਂ ਫਿਰ ਕਿਸੇ ਰਿਸ਼ਤੇਦਾਰਾਂ ਤੋਂ ਕਿਸੇ ਪਾਸੋਂ ਸਪੋਰਟ ਨਹੀਂ ਮਿਲੀ। ਅੱਜ ਤੱਕ ਮੈਂ ਜਿੰਨਾ ਕੁਛ ਵੀ ਕੀਤਾ ਆਪਣੇ ਇਕੱਲੇ ਵਾਸਤੇ ਕਰਦਾ ਹਾਂ ਅਤੇ ਬਾਈ ਦਾ ਸਵਾਗਤ ਕਰਦੇ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਪਹਿਲਾਂ ਆਪਣਾ ਪੂਰਾ ਨਾਮ ਦੱਸੋ ਕੀ? ਮੇਰਾ ਨਾਮ ਦਿਲਪ੍ਰੀਤ ਸਿੰਘ ਹੈ ਜੀ। ਕਿੱਦਾਂ ਤੁਸੀਂ ਆਏ ਵੀ ਇੱਧਰ? ਵੀ ਇੱਕ ਤਾਂ ਹੁੰਦਾ ਨਾ ਵੀ ਆਪਾਂ ਦੇਖਦੇ ਹਾਂ ਵੀ ਯਾਰ ਸਿੰਗਰ ਦੀ ਬੜੀ ਚੜ੍ਹਾਈ ਆ ਸਿੰਗਿੰਗ ਲਾਈਨ 'ਚ, ਉਹ ਚੀਜ਼ ਦੇਖ ਕੇ ਆਏ ਹੋ ਜਾਂ ਫਿਰ ਆਪਣੇ ਆਪ ਆਮਦ ਹੁੰਦੀ ਸੀਗੀ ਵੀ ਹਾਂ ਆਪਾਂ ਲਿਖੀਏ ਕੁਛ? ਮੈਨੂੰ ਜੀ ਬਚਪਨ ਤੋਂ ਸ਼ੌਂਕ ਸੀਗਾ ਜੀ ਇਹ ਚੀਜ਼ ਦਾ, ਵੀ ਜਿੱਦਾਂ ਨਾ ਪਹਿਲਾਂ ਕਹਿੰਦੇ ਤੁਸੀਂ ਵੀ ਪੁਰਾਣੇ ਕਲਾਕਾਰ ਹੁੰਦੇ ਸੀਗੇ, ਉੱਦਾਂ ਹੀ ਫਿਰ ਨਵਿਆਂ ਨੂੰ ਜਦੋਂ ਦੇਖਿਆ ਤਾਂ ਨਵਿਆਂ ਨੂੰ ਦੇਖ ਕੇ ਇਹ ਫੀਲ ਹੋਇਆ ਕਿ ਯਾਰ ਵੀ ਇੱਦਾਂ ਕਾਸ਼ ਮੈਂ ਵੀ ਹੋਵਾਂ, ਵੀ ਮੈਂ ਮੰਜ਼ਿਲ 'ਤੇ ਪਹੁੰਚਾਂ, ਚਲੋ ਮੈਨੂੰ ਵੀ ਚਾਰ ਲੋਕ ਜਾਣਨ, ਹੈ ਨਾ। ਵਧੀਆ ਲੱਗਦਾ ਸੀ ਮੈਨੂੰ ਜਦੋਂ ਮੈਂ ਕਿਸੇ ਦੀ ਐਂਟਰੀ ਦੇਖਣੀ, ਹੈ ਨਾ ਜੀ, ਮੈਨੂੰ ਮਤਲਬ ਅੰਦਰ ਲੂਰੀਆਂ ਉੱਠਦੇ ਹੁੰਦੇ ਸੀਗੇ ਵੀ ਹਾਂ ਯਾਰ ਵੀ ਯਾਰ ਮੈਂ ਵੀ ਕਦੇ ਇੱਦਾਂ ਕਰਨਾ। ਮੈਂ ਫਿਰ ਹੌਲੀ ਹੌਲੀ ਸੋਚਿਆ ਵੀ ਹਾਂ ਮੈਂ ਵੀ ਲਿਖਣਾ ਸ਼ੁਰੂ ਕਰੂੰਗਾ, ਤਾਂ ਮੈਂ ਲਿਖਣਾ ਸ਼ੁਰੂ ਕਰਿਆ ਜੀ। ਅਤੇ ਬਸ ਅੱਗੇ ਫਿਰ ਹੋਰ ਵੀ ਮਤਲਬ ਗੱਲਾਂ ਹੋਈਆਂ ਜੀ, ਬਾਕੀ ਫੈਮਿਲੀ ਵਿਆਹ ਹੋ ਗਿਆ ਜੀ, ਚਲੋ ਕਿਸੇ ਨੇ ਸਾਥ ਸੂਥ ਵੀ ਨਹੀਂ ਦਿੱਤਾ, ਚਲੋ ਆਪਣੇ ਜੋ ਵੀ ਕਰਿਆ ਆਪਣੇ ਪੈਰਾਂ 'ਤੇ ਕਰਿਆ ਜੀ। ਜਦੋਂ ਫਸਟ ਟਾਈਮ ਲਿਖਣਾ ਮਤਲਬ ਸੋਚਿਆ ਸੀਗਾ ਵੀ ਮੈਂ ਲਿਖਣਾ ਸਟਾਰਟ ਕਰਾਂ, ਫਿਰ ਉਸ ਟਾਈਮ ਕਿਸ ਚੀਜ਼ ਦੇ ਉੱਤੇ ਲਿਖਿਆ ਸੀ ਵੀ ਹਾਂ ਵੀ ਮੈਂ ਵੀ ਕੋਈ ਇੱਕ ਆਪਾਂ ਟੋਪਿਕ ਰੱਖ ਲੈਂਦੇ ਨਾ ਵੀ ਹਾਂ ਮੈਂ ਜਿਵੇਂ ਸਿੱਧੂ ਮੂਸੇਵਾਲਾ ਸੀ ਉਹ ਹਥਿਆਰਾਂ 'ਤੇ ਲਿਖਦਾ ਸੀ, ਹੈ ਨਾ, ਕੋਈ ਸੱਭਿਆਚਾਰਕ ਲਿਖਦਾ, ਮਨਮੋਹ ਆਰ ਸੋਨੀ ਸੱਭਿਆਚਾਰਕ ਗੀਤ ਗਾਉਂਦੇ ਨੇ ਉਹਨਾਂ 'ਤੇ ਲਿਖਦੇ ਨੇ, ਤੁਸੀਂ ਕਿਸ ਚੀਜ਼ ਉੱਤੇ ਲਿਖਿਆ ਸੀ? ਮੈਂ ਤਾਂ ਜੀ ਜਾਣੀ ਕਿ ਸਾਰਾ ਕੁਛ ਮਿਕਸ ਲਿਖਣਾ ਸ਼ੁਰੂ ਕਰਿਆ। ਬਾਕੀ ਨਾ ਜਦੋਂ ਲੋਕਡਾਊਨ ਹੋਇਆ ਸੀ ਤਾਂ ਉਦੋਂ ਨਾ ਮੈਂ ਲੋਕਡਾਊਨ 'ਚ ਮੈਂ ਬਹੁਤ ਕੁਝ ਸਿੱਖਣ ਨੂੰ ਦਿੱਤਾ, ਲੋਕਡਾਊਨ ਨੇ ਬਹੁਤ ਕੁਝ ਸਿਖਾਇਆ ਵੀ ਲੋਕਾਂ ਨੂੰ, ਸਭ ਨੂੰ, ਮੈਂ ਵੀ ਉਹਦੇ ਵਿੱਚ ਸਿੱਖਿਆ। ਮੈਂ ਜਦੋਂ ਉਸ ਟਾਈਮ ਲਿਖਣਾ ਸ਼ੁਰੂ ਕਰਿਆ ਤਾਂ ਮੈਂ ਲੋਕਡਾਊਨ ਤੋਂ ਲਿਖਣਾ ਸ਼ੁਰੂ ਕਰਿਆ ਸੀ, ਉਸ ਟਾਈਮ ਮੈਂ ਲੋਕਡਾਊਨ 'ਤੇ ਸੌਂਗ ਲਿਖਿਆ ਸੀ ਸਭ ਤੋਂ ਪਹਿਲਾਂ। ਕਿੰਨੇ ਤੱਕ ਪੜ੍ਹਿਆ ਤੁਸੀਂ? ਮੈਂ ਹੀ 10th ਤੱਕ ਪੜ੍ਹਿਆ ਅਤੇ ਉਹ ਤੋਂ ਬਾਅਦ ਮੇਰੇ ਸਿਸਟਰ ਦੀ ਨਾ ਮੈਰਿਜ ਸੀਗੀ
ਅਤੇ ਮੈਂ ਪੜ੍ਹਾਈ ਛੱਡਤੀ ਸੀਗੀ, ਮੇਰੇ ਫਾਦਰ ਸਾਹਿਬ ਦੀ ਐਕਸਪਾਇਰ ਹੋ ਗਏ ਸੀਗੇ, ਬਿਮਾਰ ਰਹਿੰਦੇ ਸੀ, ਉਹ ਮੈਰਿਜ ਵਾਲੇ ਦਿਨ ਐਕਸਪਾਇਰ ਹੋ ਗਏ ਸੀਗੇ ਸਿਸਟਰ ਦੇ, ਮੈਰਿਜ ਵਾਲੇ ਦਿਨ, ਹਾਂਜੀ ਉਸ ਦਿਨ ਜਿਸ ਦਿਨ ਡੋਲੀ ਵਿਦਾ ਹੋਈ ਹੈ ਨਾ ਉਸ ਦਿਨ ਉਹਨਾਂ ਨੂੰ ਅਟੈਕ ਹੋ ਗਿਆ ਸੀ। ਉਹ ਮਤਲਬ ਭੈਣ ਦੇ ਜਾਣ ਦਾ ਕੰਮ ਲੱਗ ਗਿਆ ਜਾਂ ਫਿਰ ਸ਼ੁਰੂ ਤੋਂ ਬਿਮਾਰ ਸੀ ਜਾਂ ਕਿੱਦਾਂ? ਇੱਕ ਕਹਿੰਦੇ ਨਹੀਂ ਹੁੰਦੇ ਵੀ ਗਰੀਬ ਬੰਦੇ ਨੂੰ ਕਰਜ਼ਾ ਮਾਰ ਜਾਂਦਾ ਜਾਂ ਬਿਮਾਰੀ ਮਾਰ ਜਾਂਦੀ, ਸਾਨੂੰ ਦੋਨੇ ਚੀਜ਼ਾਂ ਮਾਰ ਗਈਆਂ, ਕਰਜ਼ਾ ਵੀ ਮਾਰ ਗਿਆ ਅਤੇ ਬਿਮਾਰੀ ਵੀ ਮਾਰ ਗਈ। ਇਹਦੇ ਵਿੱਚ ਕੀ ਸੀ, ਡੈਡੀ ਪਹਿਲਾਂ ਤਾਂ ਬਿਮਾਰ ਰਹਿੰਦੇ ਸੀ ਅਤੇ ਉਹ ਤੋਂ ਬਾਅਦ ਲੇ ਭੈਣ ਦਾ ਵਿਆਹ ਰੱਖਤਾ ਜੀ, ਤਾਂ ਉਹਨਾਂ ਨੇ ਥੋੜ੍ਹੇ ਬਹੁਤੇ ਪੈਸੇ ਫੜਨੇ ਪੈ ਗਏ ਅਤੇ ਉਹਨਾਂ ਨੇ ਉਹਦਾ ਵੀ ਗਮ ਲੈ ਲਿਆ ਥੋੜ੍ਹਾ ਜਿਹਾ। ਉਹਨਾਂ ਨੂੰ ਇੱਦਾਂ ਹੋ ਗਿਆ ਵੀ ਮੈਂ ਤਾਂ ਬਿਮਾਰ ਰਹਿੰਦਾ, ਵੀ ਕਿੱਦਾਂ ਮੇਰੇ ਬੱਚੇ ਕਿੱਦਾਂ ਉਤਾਰਨਗੇ ਪੈਸੇ। ਕੋਈ ਜ਼ਿਆਦਾ ਰਕਮ ਨਹੀਂ ਸੀ, 40-50 ਹਜ਼ਾਰ ਰੁਪਇਆ ਕੀ ਰਕਮ ਹੁੰਦੀ, ਚਲੋ ਜਦੋਂ ਆਪਾਂ ਤਾਰਨ ਲੱਗ ਜਾਂਦੇ ਉੱਤਰ ਹੀ ਜਾਂਦੇ ਜੀ। ਅਤੇ ਉਹਨਾਂ ਨੂੰ ਉਹ ਵੀ ਹੋ ਗਿਆ ਥੋੜ੍ਹਾ ਜਿਹਾ, ਉੱਧਰ ਟੈਨਸ਼ਨ ਲੈ ਗਏ, ਕੁਛ ਊਂ ਬਿਮਾਰ ਸੀਗੇ, ਅਟੈਕ ਦੀ ਸ਼ਿਕਾਇਤ ਸੀਗੀ, ਇਸ ਚੱਕਰ 'ਚ ਬਿਮਾਰ ਹੋ ਗਈ। ਉਸ ਦਿਨ ਜਦੋਂ ਜਿਸ ਦਿਨ ਡੋਲੀ ਵਿਦਾ ਹੋਈ ਉਹਨੂੰ PGI ਸੀਗੇ, ਅਤੇ ਜਦੋਂ ਨਾ ਆਪਣੇ ਵਿਆਹ ਤੋਂ 2 ਦਿਨ ਪਹਿਲਾਂ ਕੜਾਹੀ ਚੜ੍ਹਦੇ ਉਸ ਦਿਨ ਬਿਮਾਰ ਹੋ ਗਏ ਸੀਗੇ ਉਹ। ਅਤੇ ਉਹਨਾਂ ਨੇ ਕੀ ਕਰਿਆ ਜੀ, ਅਸੀਂ ਚਲੇ ਗਏ, ਉਹ ਮਗਰੋਂ ਚਲੋ ਘਰੇ ਰਹਿ ਗਿਆ ਸੀ, ਕਹਿੰਦੇ ਵੀ ਅਸੀਂ ਕਹਿੰਦੇ ਘਰੇ ਰਹਿ ਜਾਂਦੇ ਹਾਂ, ਅਸੀਂ ਚਲੇ ਗਏ। ਉਹਨਾਂ ਨੇ ਮਗਰੋਂ ਸਾਨੂੰ ਫੋਨ ਕਰਿਆ, ਮੇਰੇ ਕਹਿੰਦੇ ਵੀ ਤਬੀਅਤ ਠੀਕ ਨਹੀਂ ਲੱਗ ਰਹੀ। ਅਸੀਂ ਚਲੇ ਗਏ ਅਤੇ ਅਸੀਂ ਆਏ ਵਾਪਸ, ਅਸੀਂ ਆ ਕੇ ਉਹਨਾਂ ਨਾਲ ਗੱਲਬਾਤ ਕਰੀ, ਅਸੀਂ ਕਿਹਾ ਵੀ ਕਿਵੇਂ ਲੱਗ ਰਿਹਾ ਤੁਹਾਨੂੰ, ਵੀ ਕੀ ਹੋ ਰਿਹਾ? ਕਹਿੰਦੇ ਵੀ ਮੇਰਾ ਸਰੀਰ ਨਹੀਂ ਠੀਕ ਹੈਗਾ। ਮੈਂ ਕਿਹਾ ਜੀ ਚਲੋ ਕੋਈ ਨਾ, ਅਸੀਂ ਲੈ ਜਾਂਦੇ ਹਾਂ ਤੁਹਾਨੂੰ। ਅਸੀਂ ਉਹਨਾਂ ਨੂੰ ਹੋਸਪਿਟਲ ਲੈ ਕੇ ਗਏ ਤਾਂ ਉਹਨਾਂ ਨੇ ਕੀ ਕਰਿਆ ਜੀ, ਹੋਸਪਿਟਲ ਵਾਲਿਆਂ ਨੇ ਕਹਿੰਦੇ ਵੀ ਔਖਾ ਵੀ ਇਹਨਾਂ ਦਾ, ਵੀ ਜਾਂ ਤਾਂ ਇਹਨਾਂ ਨੂੰ ਅੱਗੇ ਰੈਫਰ ਕਰਨਾ ਪੈਣਾ ਤੁਹਾਨੂੰ PGI। PGI ਰੈਫਰ ਕਰਤਾ ਜੀ ਫਿਰ ਉਹਨਾਂ ਨੇ। ਚਲੋ ਉੱਧਰ ਵਿਆਹ ਦਾ ਕਾਰਜ ਵੀ ਸੀਗਾ, ਘਰ ਵੀ ਦੇਖਣਾ ਸੀ। ਉਸ ਟਾਈਮ ਵੀ ਤੁਹਾਨੂੰ ਮੈਂ ਗੱਲ ਦੱਸਦਾ ਜੀ, ਮੇਰੇ ਮਾਂ ਤਾਇਆ ਜੀ ਆਏ ਵੀ ਸੀਗੇ ਬਾਹਰੋਂ, ਗੁਜਰਾਤ ਰਹਿੰਦੇ ਨੇ ਉਹ ਵੀ ਬਚਪਨ ਤੋਂ। ਉਹਨਾਂ ਨੂੰ ਵੀ ਉਹਨਾਂ ਦੇ ਦਾਦੇ ਉਹਨੇ ਪੁੱਛਦੇ ਨਹੀਂ ਸੀਗੇ, ਉਹਨਾਂ ਨੂੰ ਬਹੁਤ ਘੱਟ, ਉਹਨਾਂ ਨਾਲ ਲੜਾਈ ਲੜੂਈ ਹੋ ਕੇ ਅਤੇ ਉਹ ਘਰੋਂ ਚਲੇ ਗਏ ਸੀ, ਘਰ ਛੱਡ ਗਏ। ਅੱਜ ਵਧੀਆ ਆਪਣੀ ਪੋਸਟ 'ਤੇ ਨੇ, ਉਹ ਠੇਕੇਦਾਰੀ ਕਰਦੇ ਨੇ ਵਧੀਆ, ਉਹਨਾਂ ਨੇ ਘਰ ਬਾਰ ਪਾ ਲਿਆ ਆਪਣਾ ਬਚਪਨ ਤੋਂ। ਅਤੇ ਉਹਨਾਂ ਨੇ ਨਾ 20,000 ਰੁਪਈਆ ਦਿੱਤਾ ਜਦੋਂ ਮੇਰੇ ਫਾਦਰ ਸਾਹਿਬ ਨੂੰ ਹੋਸਪਿਟਲ ਲੈ ਕੇ ਗਏ, ਮੇਰੇ ਮਾਮਾ ਜੀ ਨੂੰ ਉਹਨਾਂ ਨੇ 20,000 ਰੁਪਇਆ ਫੜਾ ਤਾ। ਮੈਨੂੰ ਇੰਨੀ ਸੋਝੀ ਹੈ ਨਹੀਂ ਸੀ ਉਸ ਟਾਈਮ, 13-14 ਸਾਲ ਦਾ ਸੀ ਮੈਂ ਤਕਰੀਬਨ। ਜਦੋਂ ਅਸੀਂ ਉਹਨਾਂ ਨੂੰ ਲੈ ਕੇ ਗਏ ਤਾਂ ਮਾਮਾ ਜੀ ਨੇ ਕੀ ਕਰਿਆ, ਮਾਮਾ ਜੀ ਸੀਗੇ, ਮਾਮੀ ਸੀਗੇ, ਨਾਲ ਮੈਂ ਸੀ, ਕਿਉਂਕਿ ਬਾਕੀ ਪਰਿਵਾਰ ਘਰੇ ਸੀਗਾ, ਉੱਧਰ ਕਾਰਜ ਵੀ ਸੀਗਾ। ਹੁਣ ਅਸੀਂ ਲੈ ਗਏ ਉਹਨਾਂ ਨੂੰ, ਮਾਮਾ ਜੀ ਕਹਿੰਦੇ ਵੀ ਸਾਨੂੰ ਅੰਦਰ ਛੱਡ ਕੇ, ਉੱਥੇ ਅੰਦਰ ਬੈੱਡ 'ਤੇ ਉਹਨਾਂ ਨੂੰ ਐਡਮਿਟ ਕਰਾ ਕੇ, ਮਾਮਾ ਜੀ ਕਹਿੰਦੇ ਮੈਂ ਆਇਆ ਵੀ। ਚਲੋ ਮਾਮਾ ਜੀ ਬਾਹਰ ਚਲੇ ਗਏ, ਮਾਮਾ ਜੀ ਨੇ ਕੀ ਕਰਿਆ, ਮਾਮਾ ਜੀ ਨੇ ਫੋਨ ਕਰਿਆ, ਤਾਇਆ ਜੀ ਦਾ ਫੋਨ ਆਇਆ, ਮਾਮਾ ਜੀ ਕਹਿੰਦੇ ਵੀ ਇਹਨਾਂ ਨੇ 15,000 ਰੁਪਇਆ ਭਰਾ ਲਿਆ, ਜਦਕਿ ਉਹ ਪੈਸੇ ਨਹੀਂ ਭਰਾਏ ਸੀਗੇ ਜੀ, ਉਹਨਾਂ ਨੇ ਆਪ ਰੱਖ ਲਏ ਸੀ। 5,000 ਰੁਪਈਆ ਉਹਨਾਂ ਨੇ ਆਪਣੇ ਕੋਲ ਰੱਖ ਲਿਆ, ਅਤੇ ਉਹ ਵੀ ਸ਼ੋਅ ਕਰਨ ਵਾਸਤੇ ਕਿ ਮੈਂ ਇੱਥੇ ਲੋੜ ਮਾੜੀ ਮੋਟੀ ਤਾਂ ਪਊਗੀ ਉਹ। ਅਤੇ ਉਹਨਾਂ ਨੇ ਕੀ ਕਰਿਆ, ਹੋਸਪਿਟਲ ਵਾਲਿਆਂ ਨੇ ਵੀ ਉਹਨਾਂ ਨੇ ਵੀ ਜਵਾਬ ਦੇ ਤਾ, ਉਹਨਾਂ ਨੇ ਕੀ ਕਰਿਆ, ਉਹਨਾਂ ਨੇ ਪੰਪ ਲਾਤਾ ਜੀ ਆਕਸੀਜਨ। ਹਾਂਜੀ, ਉਹ ਪੰਪ ਲਾਉਣ ਤੋਂ ਬਾਅਦ ਉਹਨਾਂ ਨੇ ਪੈਸੇ ਪੂਸੇ ਥੋੜ੍ਹੇ ਬਹੁਤ ਲੱਗੇ, ਚਲੋ ਉਹਨਾਂ ਦੇ ਵਿੱਚ ਹੀ 5,000 ਚੋਂ ਖਰਚਿਆ, 15,000 ਰੁਪਇਆ ਉਹਨਾਂ ਨੇ ਆਪਣੇ ਕੋਲ ਹੀ ਰੱਖ ਲਿਆ, ਸਾਨੂੰ ਤਾਂ ਪਤਾ ਲੱਗ ਗਿਆ ਸੀਗਾ। ਚਲੋ ਐਂ ਸੀ ਨਾ, ਮਾਮੀ ਨੂੰ ਵੀ ਪਤਾ ਲੱਗ ਗਿਆ ਸੀ, ਪਰ ਮਾਮੀ ਜਾਣੀ ਕਿ ਉਹਨਾਂ ਨੂੰ ਬੋਲੇ ਬਾਅਦ 'ਚ, ਉਹਨਾਂ ਨੇ ਤਾਂ ਨਹੀਂ ਇਹ ਗੱਲ ਖੋਲ੍ਹੀ ਮੂਹਰੇ ਕਿ ਚੰਗਾ ਨਹੀਂ ਹੋਊਗਾ ਇਹ ਗੱਲਾਂ, ਵੀ ਹੁਣ ਜਿਹੜਾ ਕੁਛ ਕਰਤਾ ਇਹਨਾਂ ਨੇ ਵੀ ਕਾਹਨੂੰ ਗੱਲ ਖੋਲ੍ਹਣੀ ਹੈ। ਜਾਣੀ ਕਿ ਵੀ ਉਹਨਾਂ ਨੇ ਵੀ ਸਾਥ ਨਹੀਂ ਦਿੱਤਾ ਜੀ ਸ਼ੁਰੂ ਤੋਂ ਹੀ, ਉਹਨਾਂ ਨੂੰ ਵੀ ਇੱਦਾਂ ਹੋ ਗਿਆ ਵੀ ਜੇ ਉੱਧਰ ਤੁਹਾਡੇ ਫਾਦਰ ਸਾਹਿਬ ਬਿਮਾਰ ਸੀ ਅਤੇ ਉੱਧਰ ਮਾਮਾ ਜੀ, ਹਾਂ ਜੀ, ਫਾਇਦਾ ਚੱਕ ਗਏ ਜੀ, ਕਿਉਂਕਿ ਨਾਲ ਸੀਗਾ ਮੈਂ 13-14 ਸਾਲ ਦੇ ਬੱਚੇ ਨੂੰ ਇੰਨੀ ਜ਼ਿਆਦਾ ਨੌਲੇਜ ਨਹੀਂ ਹੁੰਦੀ, ਪਰ ਲੇਕਿਨ ਮੈਨੂੰ ਇੰਨਾ ਕੁ ਲੱਗ ਗਿਆ ਸੀਗਾ ਪਤਾ ਵੀ, ਮੈਂ ਕਿਹਾ ਵੀ ਹੁਣ ਮਾਮਾ ਜੀ ਤਾਂ ਕਹਿ ਰਹੇ ਨੇ ਮੈਂ ਗੱਡੀ ਪਾਰ ਕਰਕੇ ਆਇਆ, ਮੈਂ ਕਿਹਾ ਇੰਨੀ ਛੇਤੀ ਪੈਸੇ ਕਿੱਥੋਂ ਭਰੇ ਆਏ, ਆਏ ਨੇ ਤਕਰੀਬਨ ਨਾਲ ਹੀ ਆ ਗਏ, ਤਕਰੀਬਨ 5 ਮਿੰਟ ਨਹੀਂ ਗੱਲ ਨਹੀਂ ਹੋਈ, 5 ਮਿੰਟ ਬਾਅਦ ਆ ਗਏ। ਫਿਰ ਉਸ ਤੋਂ ਬਾਅਦ ਫਾਦਰ ਸਾਹਿਬ ਜੋ ਚਲੇ ਜਾਂਦੇ ਨੇ ਛੱਡ ਕੇ, ਫਿਰ ਉਸ ਤੋਂ ਬਾਅਦ ਤੁਹਾਡਾ ਮਤਲਬ ਜੀਵਨ ਕਿੱਦਾਂ ਅੱਗੇ ਲੰਘਦਾ, ਕਿਉਂਕਿ ਪੜ੍ਹਾਈ ਤੋਂ ਛੱਡਤੀ ਫਾਦਰ ਸਾਹਿਬ ਛੱਡ ਗਏ, ਫੈਮਿਲੀ ਦਾ ਫਿਰ ਕਿੱਦਾਂ ਚੱਲਿਆ?
ਫੈਮਿਲੀ ਤਾਂ ਜੀ ਇੱਦਾਂ ਸੀ, ਦੇਖੋ ਬਚਪਨ ਤੋਂ ਤੁਹਾਨੂੰ ਦੱਸ ਦਿੰਦਾ ਜੀ, ਬਚਪਨ ਤੋਂ ਸ਼ਰਾਰਤਾਂ ਬਹੁਤ ਕੀਤੀਆਂ ਨੇ, ਅਤੇ ਫਿਰ ਹੌਲੀ ਹੌਲੀ ਸ਼ਰਾਰਤਾਂ ਤੋਂ ਬਾਅਦ ਆਪਣਾ ਜੋ ਵੀ ਪਾਪਾ ਜੀ ਹੋ ਗਏ, ਐਕਸਪਾਇਰ ਹੋ ਗਏ, ਪੜ੍ਹਾਈ ਛੱਡਤੀ, ਉਹ ਤੋਂ ਬਾਅਦ ਬਸ ਵਿਆਹ ਹੋ ਗਿਆ ਜੀ, ਘਰਦਿਆਂ ਨੇ ਵਿਆਹ ਰੱਖਤਾ, ਕਹਿੰਦੇ ਵੀ ਵਿਆਹ ਕਰ ਦਿੰਦੇ ਹਾਂ ਤੁਹਾਡਾ। ਮੈਂ ਕਿਹਾ ਚਲੋ, ਮੰਮੀ ਸੀਗੇ ਮੈਂ ਸੀਗੇ, ਫਿਰ ਮੈਂ ਹੀ ਰਹਿ ਗਈ ਸੀ ਮੇਰੇ ਤੋਂ। ਵਿਆਹ ਤੋਂ ਬਾਅਦ ਹੀ ਬਸ ਜਾਣੀ ਕਿ ਮੈਂ ਇੱਦਾਂ ਸੋਚਿਆ ਵੀ ਹੁਣ ਵੀ ਆਪਣੀ ਜ਼ਿੰਦਗੀ ਨੂੰ ਸੁਧਾਰਨਾ। ਮੇਰੀ ਮਿਸਿਸ ਨੇ ਬਹੁਤ ਸਾਥ ਦਿੱਤਾ ਮੇਰਾ ਜੀ, ਹੁਣ ਤੱਕ ਦਿੰਦੇ ਵੀ ਆ ਰਹੇ ਨੇ। ਹਾਂਜੀ, ਅਤੇ ਬੱਚਾ 1.5 ਸਾਲ ਦਾ, ਅਤੇ ਬਹੁਤ ਵਧੀਆ ਲਾਈਫ ਚੱਲ ਰਹੀ ਆ ਹੁਣ ਇਸ ਟਾਈਮ ਹੀ। ਪਰ ਜਾਣੀ ਕਿ ਪਹਿਲਾਂ ਬਹੁਤ ਦੁੱਖ ਕੱਟੇ ਨੇ, ਸ਼ੁਰੂ ਤੋਂ ਹੀ ਬਚਪਨ ਤੋਂ ਹੀ ਦੁੱਖ ਦੇਖਦੇ ਆ ਰਹੇ ਹਾਂ। ਬਸ ਜਿੱਦਾਂ ਹੀ ਹੁਣ ਆਪਣੇ ਨਾ ਬਿਮਾਰੀ ਹੋ ਗਈ ਸੀ ਘਰ 'ਚ, ਇੱਕ ਤਾਂ ਇੱਕ ਕਰਜ਼ਾ ਹੋ ਗਿਆ ਸੀ, ਪੜ੍ਹਾਈ ਛੱਡੀ ਸੀਗੀ ਕਰਜ਼ੇ ਪਿੱਛੇ, ਪੜ੍ਹਾਈ ਛੱਡਣ ਦਾ ਕਾਰਨ ਕਰਜ਼ਾ ਸੀ ਸਿਰਫ ਇੱਕ, ਨਹੀਂ ਤਾਂ ਮੇਰਾ ਵੀ ਮਨ ਸੀਗਾ ਵੀ ਚਲੋ ਪੜ੍ਹਾਂ ਮੈਂ, ਕੁਛ ਪ੍ਰਾਈਵੇਟ ਨੌਕਰੀ ਮਿਲ ਜੂ, ਨਹੀਂ ਸਰਕਾਰੀ ਮਿਲੂਗੀ ਤਾਂ ਪ੍ਰਾਈਵੇਟ ਤਾਂ ਮਿਲੂਗੀ। ਤੁਸੀਂ ਵੀ ਉੱਦਾਂ ਹੀ ਚਾਹੁੰਦੇ ਸੀ ਜਿੱਦਾਂ ਸਾਰੇ ਚਾਹੁੰਦੇ ਹੁੰਦੇ ਨੇ ਵੀ ਪੜ੍ਹ ਲਿਖ ਕੇ ਇੱਕ ਵਾਈਟ ਕਾਲਰ ਜੋਬ ਕਰਾਂ, 9 ਤੋਂ 5 ਜਾਵਾਂ ਅਤੇ ਘਰੇ ਆਵਾਂ। ਅਤੇ ਬਸ ਜੀ ਫਿਰ ਹੌਲੀ ਹੌਲੀ ਜਦੋਂ ਪੜ੍ਹਾਈ ਛੁੱਟ ਗਈ ਤਾਂ ਥੋੜ੍ਹੀ ਅਕਲ ਆਉਣ ਲੱਗ ਗਈ, ਫਿਰ ਹੌਲੀ ਹੌਲੀ ਲਿਖਣ ਕੰਨੀ ਧਿਆਨ ਦਿੱਤਾ ਕਿ ਚਲੋ ਆਪਾਂ ਸੌਂਗ ਲਈ ਵਗੈਰਾ ਲਿਖਦੇ ਹਾਂ, ਹੋ ਸਕਦਾ ਵੀ ਸਾਰਾ। ਮੈਂ ਕਰੋਨੇ 'ਤੇ ਲਿਖਿਆ ਸੀ ਨਾ, ਮਾੜਾ ਸੁਣਾਓ ਫਿਰ ਕਰੋਨੇ 'ਤੇ ਕੀ ਲਿਖਿਆ। ਉਹਦੇ ਉੱਤੇ ਮੈਂ ਲੋਕਡਾਊਨ 'ਤੇ ਲਿਖਿਆ ਸੀਗਾ ਸੌਂਗ ਹੀ, ਉਹ ਵੱਡੇ ਵੱਡੇ ਬੰਦੇ ਉਹਨੇ ਅੱਜ ਅੰਦਰਾਂ ਦੇ ਵਿੱਚ ਵਾੜ ਦਿੱਤੇ, ਬੇਜੁਬਾਨ ਸੀ ਜਿਹੜੇ ਇੱਥੇ ਉਹ ਜੰਗਲਾਂ 'ਚ ਸੜ ਦਿੱਤੇ, ਬੇਜੁਬਾਨ ਸੀ ਜਿਹੜੇ ਇੱਥੇ ਉਹ ਜੰਗਲਾਂ 'ਚ ਸੜ ਦਿੱਤੇ, ਕਰ ਅਰਦਾਸਾਂ ਮੰਗ ਲੈ ਮਾਫੀ, ਕਰ ਅਰਦਾਸਾਂ ਮੰਗ ਲੈ ਮਾਫੀ, ਉਹ ਬਖਸ਼ਣ ਹਾਰਾ ਬਖਸ਼ਦਾ ਆ, ਬੰਦਾ ਸੀ ਰੱਬ ਨੂੰ ਭੁੱਲ ਬੈਠਾ, ਰੱਬ ਆਪਣੇ ਬਾਹਰੇ ਦੱਸਦਾ ਆ, ਬੰਦਾ ਸੀ ਰੱਬ ਨੂੰ ਭੁੱਲ ਬੈਠਾ, ਰੱਬ ਆਪਣੇ ਬਾਰੇ ਦੱਸਦਾ ਆ, ਦਾਤਾ ਆਪਣੇ ਬਾਰੇ ਦੱਸਦਾ ਆ। ਇਹ ਤਾਂ ਇੱਕ ਘਰ ਘਰ ਦੀ ਕਹਾਣੀ ਹੋ ਗਈ ਸੀ ਉਸ ਟਾਈਮ, ਤੁਸੀਂ ਉਹ ਇੱਕ ਵਰਕੇ ਉੱਤੇ ਉਤਾਰ ਲਈ, ਅਤੇ ਹੈ ਨਾ ਉਦੋਂ ਤੁਸੀਂ ਫਿਰ ਇਹ ਗਾਣਾ ਰਿਲੀਜ਼ ਕਿਉਂ ਨਹੀਂ ਕਰਿਆ ਅੱਗੇ ਕਿਉਂ? ਮੈਂ ਜੀ ਗਿਆ ਵੀ ਸੀਗਾ ਜੀ ਡੰਮੀ ਵੀ, ਇਹ ਲੋਕਡਾਊਨ ਤੋਂ ਪਹਿਲਾਂ ਦੀ ਗੱਲ ਆ ਜੀ, ਜਦੋਂ ਨਾ ਲੋਕਡਾਊਨ ਲੱਗੇ ਸੀ ਉਦੋਂ ਕਹਿ ਰਹੇ ਸੀ ਕਿ ਸੈਚਰਡੇ ਅਤੇ ਸੰਡੇ ਹੋਊਗਾ, ਅਤੇ ਉਦੋਂ ਮੈਂ ਸੋਚ ਲਈ ਸੀ, ਹਾਂ ਜੀ, ਅਤੇ ਉਦੋਂ ਮੈਂ ਸੋਚ ਲਿਆ ਸੀਗਾ, ਉਦੋਂ ਹੀ ਮੈਂ ਲੱਗ ਗਿਆ ਸੀ ਹਿਸਾਬ, ਮੈਂ ਕਿਹਾ ਵੀ ਇਹ ਲੱਗੂਗਾ ਲੋਕਡਾਊਨ ਤਾਂ ਇੱਕ ਵਾਰ ਤਾਂ ਹੋਊਗਾ, ਅਤੇ ਮੈਂ ਗਿਆ ਜੀ ਉੱਥੇ ਜਾ ਕੇ ਡੰਮੀ ਵਗੈਰਾ ਕਰਾਈ, ਅਤੇ ਉਹ ਤੋਂ ਬਾਅਦ ਫੁੱਲ ਲੋਕਡਾਊਨ ਲੱਗ ਗਿਆ। ਕਿੱਥੇ ਗਏ ਸੀ? ਚੰਡੀਗੜ੍ਹ, ਲੁਧਿਆਣੇ, ਜੇ ਕੇ ਰਿਕਾਰਡਸ ਉੱਥੇ ਜੀ, ਉੱਥੇ ਗਏ ਸੀ ਅਤੇ ਡੰਮੀ ਵਗੈਰਾ ਕਰਾਈ, ਅਤੇ ਗੱਲ ਬਣੀ ਨਹੀਂ ਉੱਥੇ, ਜਾਣੀ ਕਿ ਇਹ ਹੋ ਗਿਆ ਵੀ ਲੋਕਡਾਊਨ ਲੱਗ ਗਿਆ ਸੀ। ਡੰਮੀ ਪੈਸਾ ਤਾਂ ਕੋਈ ਲਿੱਤਾ ਨਹੀਂ ਸੀ, ਉਹ ਕਹਿੰਦੇ ਸੀ ਚਲੋ ਕੋਈ ਨਾ ਇਹਨੇ ਡੰਮੀ ਤਿਆਰ ਕਰ ਦਿੰਦੇ ਹਾਂ ਵੀ ਉਹ ਤੋਂ ਬਾਅਦ ਦੇਖ ਲੈਣਗੇ ਵੀ ਜਦੋਂ ਤੁਸੀਂ ਆਉਂਗੇ, ਅਤੇ ਮੈਨੂੰ ਇੱਦਾਂ ਹੋ ਗਿਆ ਸੀਗਾ ਵੀ ਚਲੋ ਪਰਮਾਤਮਾ ਕਿਰਪਾ ਕਰੇ ਤਾਂ ਵੀ ਮੇਰਾ ਵਧੀਆ ਹੋ ਜਾਵੇ ਵੀ ਗਾਣਾ ਚੱਲੂਗਾ ਵੀ, ਅਤੇ ਮੈਨੂੰ ਲੱਗਿਆ ਸੀ ਵੀ ਲੋਕਡਾਊਨ ਲੱਗ ਜੂਗਾ। ਲੋਕਡਾਊਨ ਲੱਗ ਗਿਆ ਜੀ, ਮੇਰਾ ਸਾਰਾ ਜੋ ਵੀ ਪੈਸੇ ਰੱਖੇ ਸੀਗੇ ਸੇਵ ਕਰੇ ਵੀ ਸੀ, ਮੈਂ ਕਿਹਾ ਚਲੋ ਗਾਣੇ 'ਤੇ ਲਾਵਾਂਗੇ, ਸਾਰੇ ਫਿਰ ਘਰ ਹੀ ਲੱਗ ਗਏ ਸੀ ਕਿਉਂਕਿ ਕੰਮ ਕਾਰ ਵੀ ਬੰਦ ਹੋ ਗਿਆ ਸੀ। ਫਿਰ ਉਸ ਤੋਂ ਬਾਅਦ ਫਿਰ ਕਿੱਦਾਂ, ਮਤਲਬ ਹੁਣ ਕੰਮ ਕੀ ਕਰ ਰਹੇ ਹੋ ਫਿਰ ਤੁਸੀਂ? ਕੰਮ ਹੀ ਹੁਣ ਮੈਂ ਇੱਥੇ ਆਪਣੇ ਸਰਕਾਰੀ ਹਸਪਤਾਲ 'ਚ ਹੁੰਦਾ ਜੀ। ਹੁਣ ਫਿਰ ਮੰਮੀ ਉਹਨਾਂ ਨਾਲ ਰਹਿ ਰਹੇ? ਨਹੀਂ, ਮੰਮੀ ਮੇਰੇ ਨਾਲ ਨਹੀਂ ਰਹਿੰਦੇ ਐਕਚੁਲੀ। ਓਕੇ। ਸਿਸਟਰ ਨੇ, ਉਹਦਾ ਕਾਰਨ ਜੀ ਸਿਸਟਰ ਨੇ ਨਾ ਬਰਤਨ ਨਹੀਂ ਦਿੰਦੇ ਸਿਸਟਰ ਸਾਡੇ ਨਾਲ। ਸਿਸਟਰ ਦਾ ਵਿਆਹ ਕਿੱਥੇ ਕੀਤਾ ਸੀ ਫਿਰ? ਇੱਧਰ ਆਪਣੇ ਰਾੜਾ ਸਾਹਿਬ ਕੰਨੀ। ਉਹ ਲੋਕਲ ਤਾਂ ਹੈ ਨਹੀਂ ਫਿਰ? ਵੈਸੇ ਹੀ ਬਰਤਨ ਨਹੀਂ ਦਿੰਦੇ ਉਹ ਸ਼ੁਰੂ ਤੋਂ ਹੈ ਜੀ। ਹਾਂ, ਨਹੀਂ ਮੰਮੀ ਨਾਲ ਵੀ ਨਹੀਂ ਰਹਿੰਦੇ, ਉਹ ਆਪਣੇ ਜਾਂ ਆਪਣੇ ਪੇਕੇ ਚਲੇ ਜਾਂਦੇ ਨੇ ਜਾਂ ਕਿਸੇ ਹੋਰ ਰਿਸ਼ਤੇਦਾਰੀ 'ਚ, ਕਦੇ ਕਿਤੇ ਸਾਡੇ ਨਾਲ ਰਹਿੰਦੇ ਨਹੀਂ।
ਉਹਦਾ ਕਾਰਨ ਹੈਗਾ ਜੀ, ਜਿੱਦਾਂ ਹੀ ਹੁਣ ਚਲੋ ਇੱਕ ਤਾਂ ਲਿਮਿਟ ਦਾ ਹੁੰਦਾ ਜੀ, ਭੈਣ ਭੈਣ ਨੂੰ ਪੁੱਛਣਾ ਵੀ ਹੁੰਦਾ ਧੀ ਪੁੱਤ ਨੂੰ ਹੀ, ਭੈਣ ਨਾਲ ਹੀ ਥੋੜ੍ਹਾ ਜਿਹਾ ਇੱਦਾਂ ਉਹਨਾਂ ਨੂੰ ਵੀ ਕਿਤੇ ਇਹਨਾਂ ਨੂੰ ਨਾ ਦੇ ਦੇਣ ਕੋਈ ਖਾਣ ਪੀਣ ਨੂੰ ਚੀਜ਼ ਲਿਆ ਕੇ ਦੇ ਦੇਣ, ਜਾਂ ਇਹਨਾਂ ਨੂੰ ਪੈਸਾ ਡੁੱਕਰ ਦੇ ਦੇਣ, ਜਾਂ ਇਹਨਾਂ ਦੀ ਹੈਲਪ ਹੋ ਜਾਵੇ ਵੀ ਉਹ ਸਾਡੀ ਕਰਨ, ਸਾਡੇ ਪੱਖ ਦੀ ਗੱਲ ਕਰਨ, ਸਾਨੂੰ ਖਾਣ ਪੀਣ ਨੂੰ ਦੇਣ ਜੋ ਵੀ ਆ, ਸਾਨੂੰ ਪੈਸਾ ਡੁੱਕਰ ਦੇਣ ਵੀ ਮੇਰਾ ਕਰਦੇ ਰਹਿਣ। ਸ਼ੁਰੂ ਤੋਂ ਚਲੋ ਫਾਦਰ ਸਾਹਿਬ ਕਰਕੇ ਮੰਮੀ ਨੇ ਵੀ ਕਰਿਆ, ਚਲੋ ਕੋਈ ਨਾ ਵੀ ਕਿਤੇ ਇਹ ਨਾ ਹੋਵੇ ਵੀ ਵੀ ਕੁੜੀ ਸੋਚੇ ਵੀ ਜੇ ਮੇਰਾ ਫਾਦਰ ਹੁੰਦਾ ਵੀ ਮੇਰਾ ਸ਼ਾਇਦ ਜ਼ਿਆਦਾ ਕਰਦਾ। ਮੰਮੀ ਨੇ ਕਰਿਆ, ਚਲੋ ਅਸੀਂ ਵੀ ਕਹਿੰਦੇ ਸੀ, ਚਲੋ ਮੈਂ ਵੀ ਵਰਤਦਾ ਸੀ ਉਸ ਟਾਈਮ, ਜਾਂਦੇ ਆਉਂਦੇ ਸੀਗੇ, ਵਧੀਆ ਸੀ। ਪਰ ਜਦੋਂ ਤੋਂ ਮੇਰਾ ਵਿਆਹ ਹੋ ਗਿਆ ਜੀ, ਕੋਈ ਇਹ ਨਹੀਂ ਹੈਗਾ ਵੀ ਮੇਰੀ ਲਵ ਮੈਰਿਜ ਸੀ, ਕੋਈ ਇਹ ਵੀ ਕੋਈ ਕਾਰਨ ਨਹੀਂ ਹੈਗਾ। ਕਈ ਵਾਰ ਅਗਲਾ ਕਹਿੰਦਾ ਵੀ ਲਵ ਮੈਰਿਜ ਹੋਣੀ ਆ ਵੀ ਇਹਦੀ, ਪਤਾ ਨਹੀਂ ਤਾਂ ਨਹੀਂ ਵਰਤਣ ਦਿੰਦੇ, ਵੀ ਵਾਈਫ ਨੇ ਹਟਾ ਲਿਆ ਹੁਣ। ਸਾਰਾ ਕੁਛ ਵਧੀਆ ਸੀ, ਕੁੜੀ ਵੀ ਦੇਖੀ ਵੀ ਸੀਗੀ, ਕੁੜੀ ਬਹੁਤ ਘਰੇਲੂ ਆ ਜੀ, ਵਧੀਆ ਨੇ, ਨੇਚਰ ਵੀ ਵਧੀਆ ਜੀ, ਕਿਸੇ ਨਾਲ ਫਾਲਤੂ ਇਹ ਨਹੀਂ ਹੈਗਾ ਵੀ ਕਦੇ ਵੱਧ ਘੱਟ ਗੱਲ ਕਰੀ ਹੋਵੇ। ਸਗੋਂ ਤੋਂ ਜਦੋਂ ਫਸਟ ਟਾਈਮ ਇਹ ਗੱਲ ਹੋਈ ਸੀ ਨਾ ਜੀ, ਉਹ ਸੀਗੀ ਵਿਆਹ ਤੋਂ ਹਫ਼ਤੇ ਬਾਅਦ ਸਿਸਟਰ ਲੜ ਪਏ ਸੀ ਆ ਕੇ। ਸਿਰਫ ਇੱਕ ਕੀ ਸੀ, ਛੋਟੀ ਜਿਹੀ ਗੱਲ ਸੀਗੀ ਘਰ 'ਚ, ਕੀ ਸੀ ਬਸ ਉਹ ਕੱਪੜੇ ਧੋ ਰਹੇ ਸੀ ਅਤੇ ਉਹ ਕੱਪੜੇ ਸੁੱਕਣੇ ਪਾ ਰਹੇ ਸੀ, ਉਹ ਕੁਦਰਤੀ ਉਹ ਮੂੰਹ ਅੱਗੇ ਦੀ ਲੰਘ ਰਹੇ ਸੀ, ਉਹਨਾਂ 'ਤੇ ਪਾਣੀ ਪੈ ਗਿਆ, ਛਿੱਟੇ ਪੈ ਗਏ, ਇੰਨੀ ਕੁ ਗੱਲ ਪਿੱਛੇ ਲੜ ਪਏ। ਬਹੁਤ ਜਾਣੀ ਕਿ ਉਹਨਾਂ ਨੂੰ ਬੋਲੇ, ਮੰਦਾ ਚੰਗਾ ਬੋਲੇ, ਹਾਂ ਜੀ। ਫਿਰ ਉਸ ਟਾਈਮ ਤੋਂ ਇਹੋ ਜਿਹੀ ਉਹਨਾਂ ਨੇ ਇਹੋ ਜਿਹੀ ਮਤਲਬ ਬੈਰ ਰੱਖਿਆ ਉਹਨਾਂ ਨਾਲ ਸ਼ੁਰੂ ਤੋਂ ਹੀ, ਫਿਰ ਉਸ ਟਾਈਮ ਉਹਨਾਂ ਨੇ ਵਰਤਣਾ ਬੰਦ ਕਰਤਾ ਜੀ। ਅਤੇ ਹੁਣ ਸਿਰਫ ਤੁਸੀਂ ਮਤਲਬ ਮੰਮੀ ਦੇ ਨਾਲ ਨਹੀਂ, ਮਤਲਬ ਆਪਣਾ ਰਹਿ ਰਹੇ ਹੋ ਤੁਸੀਂ ਅਲੱਗ, ਆਪਣਾ ਘਰ ਬਾਰ ਆਪਣਾ ਚਲਾ ਰਹੇ ਹੋ? ਓਕੇ, ਅਤੇ ਉਸ ਤੋਂ ਬਾਅਦ ਫਿਰ ਤੁਸੀਂ ਬੈਕ ਕੈਮਰਾ ਆਪਾਂ ਗੱਲ ਕਰ ਰਹੇ ਸੀਗੇ ਵੀ ਹੋਰ ਵੀ ਰਿਸ਼ਤੇਦਾਰਾਂ ਨੇ ਵੀ ਸਾਥ ਨਹੀਂ ਦਿੱਤਾ, ਵੀ ਇੱਕ ਤੁਹਾਡੇ ਜੀਜਾ ਜੀ ਉਹ ਵੀ ਸਾਥ ਦੇ ਰਹੇ ਹੈਗੇ, ਵੀ ਫਿਰ ਉਹਨਾਂ ਤੋਂ ਕਿਉਂ ਗਿਲਾ ਗੀ ਸਵਾਲ ਹੈ ਕਿ ਕਿਉਂ ਗੁੱਸੇ ਕਰ ਤੋਂ? ਉਹ ਚਾਹੁੰਦੇ ਸੀਗੇ ਵੀ ਅਸੀਂ ਆਪਣੇ ਹਿਸਾਬ 'ਚ ਕੁੜੀ ਲੈ ਕੇ ਆਵਾਂਗੇ, ਵੀ ਅਸੀਂ ਆਪ ਰਿਸ਼ਤਾ ਕਰਾਵਾਂਗੇ ਕਿ ਸਾਡੇ, ਹਾਂਜੀ ਸਾਡੇ ਮੇਰੇ ਵਿਆਹ ਤੋਂ ਨਹੀਂ ਖੁਸ਼ ਹੈਗੇ। ਉਹਨਾਂ ਨੂੰ ਇੱਦਾਂ ਸੀ ਕਿ ਸਾਡੇ ਪੱਖ ਦੀ ਗੱਲ ਹੋਊਗੀ ਅਤੇ ਜੋ ਵੀ ਦਿਲਪ੍ਰੀਤ ਕਮਾਈ ਕਰੂਗਾ ਉਹ ਸਾਡੇ ਹੱਥ 'ਚ, ਉਹ ਕੁੜੀ ਸਾਡੇ ਹੱਥ 'ਚ ਫੜਾਊਗੀ ਵੀ ਜਿਹੜੀ ਅਸੀਂ ਰਿਸ਼ਤਾ ਕਰਾਵਾਂਗੇ, ਵੀ ਇਹਨਾਂ ਦਾ ਖਰਚਾ ਪਾਣੀ। ਹੁਣ ਇਹਨਾਂ ਨੂੰ ਇੱਦਾਂ ਹੋ ਗਿਆ ਕਿ ਸਾਰਾ ਖਰਚਾ ਪਾਣੀ ਮੇਰੇ ਮਿਸਿਜ ਫੜਦੇ ਨੇ, ਚਲੋ ਮੈਂ ਉਹਨਾਂ ਨੂੰ, ਮੈਨੂੰ ਕਦੇ ਉਹਨਾਂ ਨੇ ਐਕਸਟਰਾ ਪੈਸੇ ਖਰਚ ਨਹੀਂ ਦਿੱਤੇ, ਕਿਤੇ ਫਾਲਤੂ ਪੈਸੇ ਨਹੀਂ ਖਰਚਣ ਦਿੱਤੇ, ਉਲਟਾ ਉਹ ਮੈਨੂੰ ਜ਼ਿਆਦਾਤਰ ਸਿਖਾਉਂਦੇ ਹੀ ਨੇ, ਮੈਨੂੰ ਉਹ ਸਿਖਾਉਂਦੇ ਨੇ, ਮੇਰੇ ਤੋਂ ਵੱਡੇ ਵੀ ਨੇ, ਚਲੋ 2-2.5 ਸਾਲ ਵੱਡੇ ਨੇ, ਮੈਨੂੰ ਦੱਸਦੇ ਹੀ ਨੇ ਹਰੇਕ ਚੀਜ਼ 'ਚ। ਮੈਂ ਜੇ ਕਹਿ ਦੇਣਾ ਵੀ ਆਹ ਫਲਾਣੀ ਚੀਜ਼ ਲੈਣੀ, ਉਹਨਾਂ ਨੇ ਕਹਿਣਾ ਹਾਲੇ ਸਰਦਾ ਰਹਿਣ ਦਿਉ, ਜਾਣੀ ਕਿ ਮੈਨੂੰ ਹਰ ਹਾਲੇ ਤੱਕ ਮੈਨੂੰ ਉਹਨਾਂ ਨੇ ਇਹੀ ਚੀਜ਼ ਦੱਸਿਆ ਵੀ ਪੈਸੇ ਸੇਵ ਕਰੋ ਜਿੰਨੇ ਕਰੇ ਜਾਂਦੇ ਨੇ। ਹੁਣ ਉਹ ਮੈਨੂੰ ਇਹ ਸਿਖਾਉਂਦੇ ਨੇ ਵੀ ਆਪਾਂ ਨੇ ਗੁੜੀਆ ਦਾ ਵਿਆਹ ਕਰਨਾ, ਆਪਾਂ ਨੇ ਵੀ ਉਹ ਕਹਿ ਰਹੇ ਨੇ ਵੀ ਆਪਾਂ ਇਹਦੇ ਨਾਂ 'ਤੇ ਪੋਲਿਸੀ ਕਰਾ ਦਈਏ ਵੀ ਆਪਾਂ ਨੂੰ ਕੰਮ ਆਊਗੀ, ਵੀ ਇਹਦੀ ਪੜ੍ਹਾਈ ਵੀ ਆ, ਅੱਗੇ ਪੜ੍ਹਾਈ ਪੜ੍ਹਾਉਣਾ ਵੀ ਆ, ਲਿਖਾਉਣਾ ਵੀ ਇਹਨੂੰ, ਹੈ ਨਾ ਜੀ, ਅਤੇ ਵਧੀਆ ਇਹਨੂੰ ਸਟੈਂਡ ਕਰਨਾ ਆਪਾਂ, ਆਪਾਂ ਨਹੀਂ ਹੋ ਸਕੇ ਤਾਂ ਆਪਾਂ ਆਪਣੇ ਬੱਚਿਆਂ ਨੂੰ ਸਟੈਂਡ ਕਰਨਾ ਵਧੀਆ। ਬਹੁਤ ਵਧੀਆ ਸੋਚ ਰੱਖਦੇ ਨੇ, ਮਤਲਬ ਵੀ ਉਹ ਇਹੀ ਨਹੀਂ, ਇਹਨਾਂ ਦਾ ਵਰਤਣ ਇਹਨਾਂ ਨੂੰ ਵਰਤਣਾ ਨਹੀਂ ਆਇਆ ਜੀ, ਅਸੀਂ ਖਿਲਾਇਆ ਵੀ ਬਹੁਤ ਵਧੀਆ ਹੀ ਕਰਿਆ ਜੀ ਸਾਰਾ ਵਿਆਹ ਦੇ ਟਾਈਮ ਤੋਂ ਹੀ ਇਹਨਾਂ ਨੇ, ਬਸ ਇਹਨਾਂ ਨੂੰ ਇਹੀ ਹੋ ਗਿਆ ਵੀ ਅਸੀਂ ਇੰਨੇ ਰਿਸ਼ਤਾ ਨਹੀਂ ਕਰਾਇਆ, ਸਾਰਾ ਕੁਛ ਨਾਲੇ ਹਾਂ ਵੀ ਕਰੀ ਇਹਨਾਂ ਨੇ ਜੀ, ਮੈਂ ਮੰਨੇ ਵੀ ਨੇ ਵੀ ਹਾਂ ਠੀਕ ਆ ਓਕੇ। ਉਹ ਤੋਂ ਬਾਅਦ ਇਹਨਾਂ ਦੀ ਕੀ ਹੋ ਗਿਆ, ਜਦੇ ਕਹਿ ਦਿੰਦੇ ਵੀ ਅਸੀਂ ਨੇ ਕਰਨਾ ਨਹੀਂ। ਤੁਹਾਡੇ ਅੰਦਰ ਜਿਹੜਾ ਟੈਲੈਂਟ ਹੈ ਫਿਰ ਇਹ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ, ਭੈਣ ਭਰਾਵਾਂ ਨੂੰ, ਸਾਰਿਆਂ ਨੂੰ ਦਿਖਾਇਆ? ਮਤਲਬ ਜਿਹੜੀਆਂ ਅਸੀਂ ਮਮਿਕਰੀ ਕਰ ਲੈਂਦੇ ਹਾਂ, ਲਿਖਤ ਵਾਲਾ ਟੈਲੈਂਟ ਹੈ, ਇਹ ਦਿਖਾਇਆ ਤੁਸੀਂ ਆਪਣੇ ਰਿਸ਼ਤੇ? ਹਾਂਜੀ, ਸਾਰਿਆਂ ਨੂੰ ਪਤਾ ਹੀ। ਫਿਰ ਕਿਉਂ ਨਹੀਂ ਸਾਥ ਦਿੰਦੇ? ਸਾਥ ਹੀ ਬਸ ਕੀ ਕਹਿ ਸਕਦੇ, ਹੁਣ ਉਹਨਾਂ ਦੇ ਦਿਮਾਗ 'ਚ ਕੀ ਚੱਲਦਾ, ਕਿਹਦੀ ਕਿਹਦੀ ਮਮਿਕਰੀ ਕਰ ਲੈਂਦੇ ਸੀ? ਉਹ ਵੀ ਕਰਦੇ ਮਮਿਕਰੀ ਤਾਂ ਜੀਤ ਪੈਂਚਰ ਵਾਲੇ ਦੀ ਕਰ ਲੈਂਦੇ, ਇੱਕ ਇੱਕ ਮੂੰਹ ਨਾਲ ਬਾਜਾ ਵਜਾ ਲੈਂਦੇ। ਪਹਿਲਾਂ ਜੀਤ ਪੈਂਚਰ ਵਾਲੇ ਆਉਂਦਾ ਫਿਰ ਵੀ ਮੰਜਿਆ ਕੀ ਹਾਲ ਚਾਲ ਆ ਤੇਰਾ, ਉਹ ਲੈ
ਤੇਰਾ ਪੜਾਕਾ ਪੈ ਗਿਆ ਮੁੰਡਾ ਫਿਰ ਸਾਈਕਲ ਦਾ। ਜਦੋਂ ਤੈਨੂੰ ਮੁੰਜਿਆ ਉਦੋਂ ਕਿਹਾ ਸੀ ਟਿਊਬ ਪਊਗੀ, ਉਦੋਂ ਤਾਂ ਤੂੰ ਮੰਨਿਆ ਨਹੀਂ, ਹੁਣ ਮੇਰੇ ਤੇ ਦੂਛਣ ਲਾਈ ਜਾਂਦਾ। ਆਈ ਏ ਬਲਿੰਡਰਾ ਜਮੀ ਯਾਰ, ਜਮੀ ਸੇਮ ਵਾਜ਼ ਕੱਢੀ ਹੋਈ ਆ। ਤੇ ਇੱਕ ਹੋਰ ਕੀ ਕਹਿ ਰਹੇ ਸੀ ਬਾਜਾ? ਇੱਕ ਬਾਜਾ ਵਜਾ ਦਿੰਦੀ ਇਹਦੇ ਬਾਅਦ ਹੀ ਇੱਕ ਹੋਰ ਸੀਗਾ ਆਪਣਾ ਸੌਂਗ ਨਹੀਂ ਸੀਗਾ ਆਪਣਾ ਨੱਚਣ ਤੋਂ ਪਹਿਲਾਂ ਹੋਕਾ ਦਿਆਂਗੇ, ਉਹ ਵਜਾ ਕੇ ਦਿਖਾਉਂਦੇ ਹਾਂ ਤੁਹਾਨੂੰ। ਰਿਹਾ ਜੀ, ਵੈਸੇ ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿੱਦਾਂ ਹੋਇਆ ਜੀ। ਇਹ ਨਾ ਅਸੀਂ ਮੇਰੇ ਯਾਰ ਦੋਸਤ ਸੀਗੇ, ਅਸੀਂ ਨਾ ਬਾਹਰ ਬੈਠੇ ਸੀਗੇ ਉੱਤੇ, ਮਤਲਬ ਆਪਣੀ ਗਲੀ 'ਚ ਬੈਠੇ ਸੀਗੇ ਬਾਹਰ, ਉੱਥੇ ਅਸੀਂ ਬੈਠੇ, ਉੱਥੇ ਬਾਈਕ ਖੜ੍ਹੀ ਸੀਗੀ, ਉਹਦੇ ਉੱਤੇ ਬੈਠਾ ਸੀ ਮੁੰਡਾ, ਅਤੇ ਅਸੀਂ ਬਾਹਰ ਉਹਦੇ ਕੋਲ ਹੀ ਖੜ੍ਹੇ ਸੀਗੇ। ਅਤੇ ਉਹ ਕੀ ਹੋਇਆ, ਵੈਸੇ ਜਿਵੇਂ ਕਹਿੰਦੇ ਆ ਪੰਜਾਬੀਆਂ ਦੇ ਹੱਥ ਨਹੀਂ ਟਿਕਦੇ, ਉਹ ਟੈਂਕੀ 'ਤੇ ਨਾ ਰੱਖ ਕੇ ਵਜਾਉਣ ਲੱਗ ਗਿਆ, ਹੱਥ ਨਾਲ ਢੋਲ ਜਿਹਾ ਵਜਾਉਣ ਲੱਗ ਗਿਆ। ਮੈਂ ਉਹਨੂੰ ਉਹਨੂੰ ਛੇੜਦਾ, ਮੈਂ ਕਿਹਾ ਉਰੇ ਬਰਾਤ ਉਤਰੀ ਵੀ ਆ? ਮੈਨੂੰ ਕਹਿੰਦਾ ਬਰਾਤ ਦੇ ਤਾਰਦੇ ਆ, ਕਹਿੰਦਾ ਅੱਜ ਦੇਖੀ ਜਾਓ। ਮੈਂ ਕਿਹਾ ਉਹ ਕਿੱਦਾਂ ਹੁਣ ਤੂੰ ਕੀ ਕਰੇਗਾ? ਵਜਾਉਣ ਲੱਗ ਗਿਆ, ਦੱਬ ਦੱਬ ਕੇ ਵਜਾਉਣ ਲੱਗ ਗਿਆ, ਜ਼ਿਆਦਾ ਵਜਾਉਣ ਲੱਗ ਗਿਆ। ਮੈਨੂੰ ਕਹਿੰਦਾ ਤੂੰ ਐਂ ਕਰ, ਤੂੰ ਬਣ ਬਾਜੇ ਵਾਲਾ। ਕਹਿੰਦਾ ਉਹਨੂੰ ਨਾਲ ਵਾਲੇ ਮੁੰਡੇ ਨੂੰ ਕਹਿੰਦਾ ਤੂੰ ਕਹਿੰਦਾ ਕੁਛ ਵੀ ਕਰ, ਕਹਿੰਦਾ ਚਾਹੇ ਤਾੜੀ ਮਾਰ ਕਹਿੰਦਾ। ਅਤੇ ਮੈਂ ਐਵੇਂ ਬਸ ਖੜ੍ਹਾ ਖੜ੍ਹਾ ਐਵੇਂ ਬਸ, ਮੈਨੂੰ ਪਤਾ ਵੀ ਨਹੀਂ ਲੱਗਿਆ ਜੀ, ਮੈਨੂੰ ਵੀ ਇਹ ਚੀਜ਼ ਮੇਰੇ ਅੰਦਰ ਹੈ, ਮੈਂ ਇੱਦਾਂ ਹੀ ਵੀ ਕਰ ਲੂੰਗਾ। ਉਹਨੋ ਲੱਗ ਗਿਆ ਜੀ ਮੈਂ ਵਜਾਉਣਾ, ਮੈਂ ਪਹਿਲਾਂ ਤਾਂ ਉਹਨੋ ਮੂੰਹ ਜਿਹੇ ਨਾਲ ਹੋਰ ਕੁਛ ਕਰਨ ਲੱਗ ਗਈ, ਫਿਰ ਮੈਂ ਇੱਧਰੋਂ ਕੱਢ ਕੇ ਦੇਖੀ ਆਵਾਜ਼ ਜੀ, ਉਹ ਵੱਜਣ ਲੱਗ ਗਈ। ਉਹਨੇ ਢੋਲ ਛੱਡਤਾ ਮੈਨੂੰ, ਕਹਿੰਦਾ ਤੂੰ ਤਾਂ ਸੱਚੀਆਂ ਬਰਾਤ ਉਤਾਰਤੀ। ਬੜਾ ਵਧੀਆ, ਬਹੁਤ ਵਧੀਆ, ਮਤਲਬ ਟੈਲੈਂਟ ਹੈਗਾ। ਫਿਰ ਤੁਸੀਂ ਵੀ ਕਦੇ ਸਟੇਜਾਂ 'ਤੇ ਗਏ ਹੁਣ, ਕਿਉਂਕਿ ਕਿਸਾਨੀ ਧਰਨਾ ਲੱਗਿਆ ਸੀ, ਉਹਦੀ ਸਟੇਜ ਦੇ ਉੱਤੇ ਲੋਕਾਂ ਨੇ ਆਪਣਾ ਬਹੁਤ ਟੈਲੈਂਟ ਦਿਖਾਇਆ, ਬਹੁਤ ਲੋਕ ਮੂਹਰੇ ਵੀ ਆਏ ਨੇ, ਬਹੁਤਾਂ ਦੀ ਹੈਲਪ ਵੀ ਹੋਈ ਆ, ਤੁਸੀਂ ਵੀ ਕਦੇ ਸਟੇਜਾਂ ਜਾਣ ਦੀ ਕੋਸ਼ਿਸ਼ ਕੀਤੀ? ਨਹੀਂ, ਮੈਂ ਸਕੂਲ ਟਾਈਮ ਤਾਂ ਬਥੇਰਾ ਗਿਆ ਜੀ। ਸਕੂਲ ਟਾਈਮ 'ਚ ਮੈਂ ਜਦੋਂ ਫੇਅਰਵੈਲ ਪਾਰਟੀ ਹੁੰਦੀ ਜਿੱਦਾਂ ਜੀ, ਜਾਂ ਕੋਈ ਹੋਰ ਫੰਕਸ਼ਨ ਦਿਵਸ ਮਨਾਇਆ ਜਾਂਦਾ ਜੀ, ਉਦੋਂ ਸਭ ਤੋਂ ਪਹਿਲਾਂ ਹੀ ਸਕੂਲ 'ਚ ਵੀ ਮੈਨੂੰ ਠਾਲਿਆ ਜਾਂਦਾ ਸੀ, ਮੈਨੂੰ ਕਹਿੰਦੇ ਹੁੰਦੇ ਸੀ। ਅੱਜ ਕੱਲ੍ਹ ਨਾ ਸਟੇਜ ਦੇ ਉੱਤੇ ਅਸੀਂ ਵੀ ਵੀਡੀਓ ਦੇਖਦੇ, ਤੁਸੀਂ ਵੀ ਦੇਖੀਆਂ ਹੋਣੀਆਂ, ਇੰਸਟਾ ਦੇ ਉੱਤੇ ਵੀ ਦੇਖਣ ਨੂੰ ਮਿਲਦੀਆਂ ਨੇ, ਵੀ ਜਿਨ੍ਹਾਂ ਦੇ ਵਿੱਚ ਟੈਲੈਂਟ ਨਹੀਂ ਨਾ ਹੁੰਦਾ, ਲੋਕ ਉਹਨਾਂ ਦੇ ਬਹੁਤ ਵਾਹ ਵਾਹ ਖੱਟਦੇ ਨੇ, ਅਤੇ ਹੁਣ ਤੁਹਾਡੇ 'ਚ ਤਾਂ ਟੈਲੈਂਟ ਹੈਗਾ। ਕਈ ਮੈਂ ਪਹਿਲਾਂ ਵੀ ਮੈਂ ਇੰਟਰਵਿਊ ਕੀਤੀਆਂ ਨੇ ਕਾਫੀ, ਵੀ ਜਿਨ੍ਹਾਂ ਦੇ ਵਿੱਚ ਟੈਲੈਂਟ ਨਹੀਂ ਨਾ, ਉਹ ਹਲੇ ਘਰਾਂ ਦੇ ਵਿੱਚ ਦੱਬੇ ਹੀ ਬੈਠੇ ਨੇ, ਜਿਨ੍ਹਾਂ ਦੇ ਵਿੱਚ ਟੈਲੈਂਟ ਨਹੀਂ ਅਤੇ ਉਹ ਮੂਹਰੇ ਆ ਕੇ ਲੋਕਾਂ ਦੀ ਵਾਹ ਵਾਹ ਕੱਟੀ ਜਾਂਦੇ ਨੇ। ਤੁਹਾਡਾ ਨਹੀਂ ਜੀ ਕਰਿਆ ਵੀ ਮੈਂ ਕਿਸੇ ਸਟੇਜ 'ਤੇ ਆਵਾਂ ਜਾਂ ਫਿਰ ਕਿਸੇ ਨੂੰ ਕੁਛ ਵੀ ਹੈਲਪ ਲਈ ਕਹਾਂ? ਕੋਈ ਮਤਲਬ ਹੈ ਨਹੀਂ ਸੀ ਨਾ, ਕੋਈ ਸਪੋਰਟਡ ਹੋਵੇ ਜੀ, ਕੋਈ ਬੰਦਾ ਮਿਲੇ, ਚਲੋ ਇੱਦਾਂ ਹੋ ਜਾਂਦਾ ਵੀ ਅਗਲਾ ਕਹੇ ਚਲੋ ਤੇਰੀ ਵੀ ਅੱਗੇ ਕਰਾਉਂਦੇ ਹਾਂ, ਕੋਈ ਮਿਲਿਆ ਨਹੀਂ, ਸਾਥ ਵੀ ਨਹੀਂ ਦਿੱਤਾ। ਕੋਈ ਰਿਸ਼ਤੇਦਾਰ ਵੀ ਸਾਥ ਦੇ ਜਾਂਦਾ ਨਾ, ਤਾਂ ਵੀ ਬਹੁਤ ਵੱਡੀ ਗੱਲ ਹੁੰਦੀ ਜੀ। ਰਿਸ਼ਤੇਦਾਰਾਂ ਨੇ ਕੀ ਦੇਣਾ ਸੀ, ਆਪਣਿਆਂ ਨੇ ਵੀ ਨਹੀਂ ਦਿੱਤਾ ਜੀ ਸਾਥ, ਰਿਸ਼ਤੇਦਾਰ ਵੀ ਪਾਸਾ ਵੱਟ ਗਏ, ਆਪਣੇ ਹੀ ਪਾਸਾ ਵੱਟ ਗਏ। ਕਹਿੰਦੇ ਨੇ ਹੁੰਦੇ ਮਾੜੇ ਟਾਈਮ 'ਚ ਸਾਰੇ ਛੱਡ ਜਾਂਦੇ ਨੇ, ਉਹ ਮੇਰੇ ਨਾਲ ਉਹੀ ਕੰਮ ਹੋਇਆ ਵਾ। ਹੁਣ ਫਿਰ ਇੱਕ ਤਾਂ ਕਰੋਨਾ 'ਤੇ ਗੀਤ ਲਿਖਿਆ ਸੀ, ਉਸ ਤੋਂ ਬਾਅਦ ਕੁਛ ਲਿਖਿਆ ਫਿਰ? ਉਸ ਤੋਂ ਬਾਅਦ ਹੀ ਜਿਵੇਂ ਨਾ ਮੇਰੇ ਹਾਲਾਤ ਸੀਗੇ, ਮੈਂ ਹਾਲਾਤਾਂ 'ਤੇ ਗਾਣਾ ਲਿਖਿਆ ਸੀਗਾ, ਉਹ ਵੀ ਮੈਂ ਲਿਖਿਆ ਸੀ। ਮੈਨੂੰ ਪਤਾ ਵੀ ਅੱਜ ਕੱਲ੍ਹ ਹੀ ਪੈਸੇ ਤੋਂ ਬਿਨਾਂ ਕੁਛ ਨਹੀਂ ਹੈਗਾ, ਪੈਸੇ 'ਤੇ ਹੀ ਗਾਣਾ ਲਿਖਿਆ ਸੀ, ਫਿਰ ਮੈਂ ਉਹ ਵੀ ਸੁਣਾਉਂਦੇ ਤੁਹਾਨੂੰ। ਹੋ ਜਦੋਂ ਮਾੜਾ ਸੀਗਾ ਟਾਈਮ, ਕੋਈ ਨਾਲ ਨਹੀਂ ਉਹ ਖੜਿਆ, ਮੈਨੂੰ ਪਤਾ ਕਿੰਜ ਮੈਂ ਹਾਲਾਤਾਂ ਨਾਲ ਲੜਿਆ।
ਹੋਚੀ ਤੋਂ ਮਾੜਾ ਸੀਗਾ ਟਾਈਮ ਕੋਈ ਨਾਲ ਨਹੀਂ ਉਹ ਖੜਿਆ, ਮੈਨੂੰ ਪਤਾ ਕਿੰਜ ਮੈਂ ਹਾਲਾਤਾਂ ਨਾਲ ਲੜਿਆ। ਉਹ ਲੋਕੀ ਦਿੰਦੇ ਸੀ ਸਲਾਮਾਂ ਪਰ ਸਾਥ ਨਹੀਂ ਸੀ ਦਿੰਦੇ, ਦਿੰਦੇ ਸੀ ਸਲਾਮਾਂ ਪਰ ਸਾਥ ਨਹੀਂ ਸੀ ਦਿੰਦੇ, ਫਿਰ ਪਤਾ ਲੱਗਾ ਕਿੰਜ ਲਾਹੀ ਦੀਆਂ ਤਾਰੀਆਂ। ਉਹ ਫੈਵੀਕੋਲ ਨਾਲ ਇੱਥੇ ਨੋਟ ਜੁੜਦੇ ਯਾਰੋ, ਨੋਟਾਂ ਨਾਲ ਇੱਥੇ ਜੁੜਦੀਆਂ ਯਾਰੀਆਂ। ਫੈਵੀਕੋਲ ਨਾਲ ਇੱਥੇ ਨੋਟ ਜੁੜਦੇ ਯਾਰੋ, ਨੋਟਾਂ ਨਾਲ ਇੱਥੇ ਜੁੜਦੀਆਂ ਯਾਰੀਆਂ, ਯਾਰੋ ਨੋਟਾਂ ਨਾਲ ਇੱਥੇ ਜੁੜਦੇ ਨੇ ਰਿਸ਼ਤੇ। ਕਿਆ ਬਾਤ ਆ, ਮਤਲਬ ਹੁਣ ਜੇ ਤੁਸੀਂ ਇੱਥੇ ਜੋਬ ਕਰਦੇ ਹੋ ਉੱਥੇ ਵੀ ਫਿਰ ਸੁਣਾਉਂਦੇ ਹੋਣੇ ਉਹਨਾਂ ਨੂੰ? ਹਾਂਜੀ, ਸਾਰੇ ਸੁਣਦੇ ਨੇ, ਸਾਰੇ ਕਹਿੰਦੇ ਨੇ ਬਹੁਤ ਵਧੀਆ ਤੇਰੇ 'ਚ ਟੈਲੈਂਟ ਆ, ਤੂੰ ਕੋਈ ਵੀਡੀਓ ਪਾਇਆ ਕਰ। ਮੈਂ ਕਿਹਾ ਵੀ ਵੀਡੀਓ ਪਾਉਣ, ਮੈਨੂੰ ਮੇਰੇ ਘਰਦੇ ਕਹਿੰਦੇ ਵੀ ਵੀਡੀਓ ਨਹੀਂ, ਵੀ ਜਦੋਂ ਆਉਣਾ ਤੇਰਾ ਟਾਈਮ ਸਿੱਧਾ ਆਪਣਾ ਗਾਣਾ ਰਿਕਾਰਡ ਕਰਵਾ ਲਿਆ। ਮੈਂ ਕਿਹਾ ਵੀ ਅੱਜ ਕੱਲ੍ਹ ਬਹੁਤ ਨੇ ਸੋਸ਼ਲ ਮੀਡੀਆ 'ਤੇ, ਤਾਂ ਹੀ ਮੈਂ ਵੀ ਵਗ ਜੂੰਗਾ, ਮੈਨੂੰ ਵੀ ਕੋਈ ਬੈਡ ਕਮੈਂਟ ਮਾਰ ਦੂਗਾ ਕਿ ਕਹਿ ਦੂਗਾ ਹੁਣ ਇਹ ਆ ਗਿਆ ਨਵਾਂ। ਜਦੋਂ ਫਿਰ ਉੱਥੇ ਸੁਣਾਉਂਦੇ ਹੋ ਜਾਂ ਫਿਰ ਪਿੰਡ 'ਚ ਸੁਣਾਉਂਦੇ ਹੋ ਕਿਤੇ, ਉਦੋਂ ਵੀ ਤਾਂ ਲੋਕ ਕਹਿੰਦੇ ਹੋਣੇ ਵੀ ਹੁਣ ਗੀਤਕਾਰ ਕਿੱਥੇ ਫਸ ਗਿਆ, ਤੂੰ ਆਪਣਾ ਕੰਮ ਕਰ ਕਰ ਵਧੀਆ। ਹਾਂ ਜੀ, ਹੁਣ ਮੈਂ ਆਪਣੇ ਸਹੁਰਾ ਸਾਹਿਬ ਨੂੰ ਕਿਹਾ ਸੀਗਾ, ਮੈਂ ਕਿਹਾ ਵੀ ਡੈਡੀ ਕੋਈ ਨਾ, ਵੀ ਜੇ ਅੱਜ ਮਾੜਾ ਟਾਈਮ ਆ ਵੀ ਕੋਈ ਨਾ, ਵੀ ਕਦੇ ਜਦੋਂ ਮੇਰਾ ਗਾਣਾ ਗੁਣਾ ਆ ਗਿਆ ਹੈ ਨਾ, ਮੈਂ ਸੌਂਗ ਰਿਲੀਜ਼ ਕਰਾਤਾ ਵੀ ਹੋ ਸਕਦਾ ਸਾਡਾ ਟਾਈਮ ਵਧੀਆ ਆ ਜਾਵੇ ਹੈ ਨਾ। ਮੇਰੇ ਸਹੁਰਾ ਸਾਹਿਬ ਨੇ ਇੱਕੋ ਗੱਲ ਕਹੀ ਸੀ ਮੈਨੂੰ, ਕਹਿੰਦਾ ਇਹ ਕੰਮਾਂ 'ਚ ਕਹਿੰਦਾ ਕੁਛ ਨਹੀਂ ਰੱਖਿਆ, ਕਹਿੰਦਾ ਬਥੇਰੇ ਤਾਂ ਕਹਿੰਦਾ ਕਲਾਕਾਰ ਤੁਰੇ ਫਿਰਦੇ ਨੇ। ਮੈਂ ਕਿਹਾ ਕੋਈ ਨਾ ਡੈਡੀ, ਮੈਂ ਕਿਹਾ ਮੈਂ ਵੀ ਹੋ ਜੂੰਗਾ ਉਹਨਾਂ 'ਚ, ਹੋ ਸਕਦਾ ਮੇਰਾ ਥੋੜ੍ਹਾ ਬਹੁਤਾ ਨਾਮ ਹੋ ਜਾਵੇ, ਜ਼ਿਆਦਾ ਨਹੀਂ ਹੋਊਗਾ, ਥੋੜ੍ਹਾ ਬਹੁਤਾ ਤਾਂ ਹੋ ਜੂਗਾ, ਲੋਕ ਚਾਰ ਜਾਣਨਗੇ। ਮੈਂ ਕਿਹਾ ਕੁਛ ਮੈਨੂੰ ਸਪੋਰਟ ਹੋ ਜੂਗੀ, ਕੋਈ ਨਾ ਕੋਈ ਤਾਂ ਵੀਰ ਜੀ ਟੱਕਰੇ ਜਾਂਦਾ ਜੀ। ਹੁਣ ਫਿਰ ਜਿਹੜੇ ਸਾਡੇ ਵੀਵਰ ਤੁਹਾਨੂੰ ਦੇਖ ਰਹੇ ਨੇ ਉਹ ਤੁਹਾਡੇ ਤੱਕ ਪਹੁੰਚ ਕਰਨ, ਜੇ ਕੋਈ ਵੀਡੀਓ ਡਾਇਰੈਕਟਰ ਜਾਂ ਫਿਰ ਪ੍ਰੋਡਿਊਸਰ ਕੋਈ ਵੀ ਦੇਖ ਰਿਹਾ, ਕੋਈ ਗੀਤਕਾਰ ਹੈ ਨਾ ਕੰਪਨੀਆਂ ਨਾਲ ਦੇਖ ਰਿਹਾ, ਆਪਣਾ ਨੰਬਰ ਬੋਲ ਦਿਉ ਵੀ ਉਹ ਦੇਖ ਇੱਕ ਵਾਰੀ ਤੁਹਾਨੂੰ ਆਪ ਕੋਲ ਕਰ ਲੈਣ ਸਿੱਧੀ। ਮੇਰਾ ਜੀ ਫੋਨ ਨੰਬਰ ਹੈਗਾ ਜੀ 7689635935। ਦਿਲਪ੍ਰੀਤ ਨਾਮ ਆ ਜੀ ਮੇਰਾ। ਹਾਂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਐਵੇਂ ਅਸੀਂ ਹੋਰ ਵੀਡੀਓ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ, ਅਤੇ ਜਿਹੜਾ ਟੈਲੈਂਟ ਘਰਾਂ ਦੇ ਵਿੱਚ ਲੁਕਿਆ ਬੈਠਾ ਉਹਨੂੰ ਤੁਸੀਂ ਸਾਹਮਣੇ ਲੈ ਕੇ ਆਓ, ਕਿਉਂਕਿ ਕਾਫੀ ਜ਼ਿਆਦਾ ਅਸੀਂ ਟੈਲੈਂਟ ਦੇਖਦੇ ਹਾਂ ਵੀ ਸਟੇਜਾਂ ਦੇਖਦੇ ਹਾਂ, ਵਧੀਆ ਵਧੀਆ ਸਿੰਗਰਾਂ ਸਟੇਜਾਂ ਹੁੰਦੀਆਂ ਨੇ, ਅਤੇ ਉਹਨਾਂ ਨੂੰ ਸਾਂਝੀ ਕਰਨ ਦੇ ਲਈ ਨਾ ਹੁੱਲੜਬਾਜ਼ ਜਾਂ ਫਿਰ ਸੋਸ਼ਲ ਮੀਡੀਆ 'ਤੇ ਐਵੇਂ ਐਕਟਿਵ ਜਿਹੜੇ ਲੋਕ ਹੁੰਦੇ ਨੇ ਉਹਨਾਂ ਨੂੰ ਤੁਸੀਂ ਟੈਲੈਂਟ ਦੇ ਨਾਂ ਤੋਂ ਇੰਟਰੋ ਕਰਾ ਦਿੰਦੇ ਹੋ, ਇੰਟਰਵਿਊਆਂ ਕਰਾ ਦਿੰਦੇ ਹੋ ਉਹਨਾਂ ਦੀਆਂ, ਅਤੇ ਜਿਹੜਾ ਟੈਲੈਂਟ ਆ ਉਹ ਘਰਾਂ ਦੇ ਵਿੱਚ ਹੀ ਬੈਠ ਰਹਿੰਦਾ। ਸਾਡੀ ਵੀ ਇਹੀ ਆਪਣੇ ਚੈਨਲ ਤੋਂ ਇਹੀ ਗੁਜ਼ਾਰਿਸ਼ ਹੁੰਦੀ ਆ ਵੀ ਜਿਹੜਾ ਟੈਲੈਂਟ ਅਸਲ ਟੈਲੈਂਟ ਆ ਨਾ ਉਹ ਘਰਾਂ ਦੇ ਵਿੱਚ ਬੈਠਾ, ਅਤੇ ਤੁਸੀਂ ਉਹਨਾਂ ਤੱਕ ਪਹੁੰਚ ਕਰੋ ਵੀ ਉਹਨਾਂ ਨੂੰ ਬਾਹਰ ਕੱਢੋ। ਧੰਨਵਾਦ।